ਦਲਤਾਂ ਨੂੰ ਸਹੂਲਤਾਂ ਮਿਲੀਆਂ, ਨਾ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਉਹਨਾਂ ਦਾ ਪੇ ਕਮਿਸ਼ਨ ਮਿਲਿਆ, ਨਾ ਡੀਏ ਦੀਆਂ ਕਿਸ਼ਤਾਂ ਮਿਲੀਆਂ। ਪੰਜਾਬ ਜਿੰਨੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀ, ਕਾਂਗਰਸ ਪਾਰਟੀ ਨੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਕਿ ਇੱਥੇ ਕੁਛ ਬੋਲਤਾ ਉੱਥੇ ਕੁਛ ਬੋਲਤਾ। ਸੋ ਯਕੀਨ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ 'ਤੇ ਪੰਜਾਬ ਦਾ ਕੋਈ ਲੋਕ ਨਹੀਂ ਕਰਦੇ। ਸਰ ਕੀ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਨੂੰ ਮੰਨਿਆ ਜਾਵੇ ਵੀ ਟਿਕਟਾਂ ਉਹਨਾਂ ਨੂੰ ਹੀ ਮਿਲੀਆਂ ਜਾਣਗੀਆਂ? ਦੇਖੋ, ਹਲਕਾ ਇੰਚਾਰਜ ਜਿਹੜਾ ਲੱਗਣ ਦਾ ਮਤਲਬ ਇਹ ਨਹੀਂ ਕਿ ਟਿਕਟ ਮਿਲ ਗਈ। ਮਿਲਣ ਵੇਲੇ ਦੁਬਾਰਾ ਐਨਾਲਿਸਿਸ ਹੋਊਗਾ, ਦੁਬਾਰਾ ਵਿਚਾਰ ਵਟਾਂਦਰਾ ਹੋਊਗਾ, ਔਰ ਜਿਹੜੇ ਹੋਰ ਵੀ ਵਿਅਕਤੀ ਉੱਥੇ ਕੰਮ ਕਰਦੇ ਹੋਣਗੇ ਉਹਨਾਂ ਤੋਂ ਵੀ ਨਾਂ 'ਤੇ ਵਿਚਾਰਿਆ ਜਾਊਗਾ ਹਲ। ਜਿਵੇਂ ਕਿ 2022 ਦੀਆਂ ਇਲੈਕਸ਼ਨ ਨੇੜੇ ਹੁੰਦੀਆਂ ਆ ਰਹੀਆਂ ਨੇ, ਉਸੇ ਨੂੰ ਲੈ ਕੇ ਹਰ ਪਾਰਟੀ ਆਪਣੇ ਚੋਣ ਮੈਨੀਫੈਸਟੋ ਤਿਆਰ ਕਰਨ ਦੇ ਵਿੱਚ ਲੱਗੀ ਹੋਈ ਹੈ। ਇਸੇ ਨੂੰ ਲੈ ਕੇ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ LOP ਦੇ ਨੇਤਾ ਹਰਪਾਲ ਚੀਮਾ ਜੀ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਲੋਕਾਂ ਦੇ ਤਮਾਮ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਜਿਵੇਂ ਕਿ 2022 ਦਾ ਇਲੈਕਸ਼ਨ ਨੇੜੇ ਆਉਂਦਾ ਜਾ ਰਿਹਾ, ਆਮ ਆਦਮੀ ਪਾਰਟੀ ਵੱਲੋਂ ਕਿਹੜਾ ਰੋਡ ਮੈਪ ਤਿਆਰ ਕੀਤਾ ਜਾ ਰਿਹਾ? ਦੇਖੋ, ਆਮ ਆਦਮੀ ਪਾਰਟੀ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੀ ਆ, ਔਰ ਲੋਕਾਂ ਤੋਂ ਫੀਡਬੈਕ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਤਿਆਰ ਕਰੂਗੀ। ਲੋਕ ਮੁੱਦੇ, ਜਿਹੜੇ ਮੁੱਦਿਆਂ 'ਤੇ 2017 ਦੇ ਵਿੱਚ ਇਲੈਕਸ਼ਨ ਵੱਖ ਵੱਖ ਪਾਰਟੀਆਂ ਲੜੀ ਸੀਗੀ, ਉਹ ਕਿਸੇ ਵੀ ਮੁੱਦੇ ਦਾ ਕੋਈ ਹੱਲ ਨਹੀਂ ਹੋਇਆ ਹੈਗਾ। ਨਾ ਜਿਹਨਾਂ ਲੋਕਾਂ ਨੇ 2017 ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਨਾ ਉਹਨਾਂ ਨੂੰ ਸਜ਼ਾ ਮਿਲੀ, ਨਾ ਪੰਜਾਬ 'ਚ ਘਰ ਘਰ ਰੁਜ਼ਗਾਰ ਆਇਆ, ਨਾ ਪੰਜਾਬ ਦੇ ਕਿਸਾਨ ਦਾ ਕਰਜ਼ਾ ਮਾਫ਼ ਹੋਇਆ, ਨਾ ਪੰਜਾਬ ਦੇ ਦਲਿਤਾਂ ਨੂੰ ਸਹੂਲਤਾਂ ਮਿਲੀਆਂ, ਨਾ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਉਹਨਾਂ ਦਾ ਪੇ ਕਮਿਸ਼ਨ ਮਿਲਿਆ, ਨਾ DA ਦੀਆਂ ਕਿਸ਼ਤਾਂ ਮਿਲੀਆਂ, ਨਾ ਪੰਜਾਬ ਵਿੱਚ ਜਿਹੜਾ ਹੈਗਾ ਬੇਰੁਜ਼ਗਾਰੀ ਖਤਮ ਹੋਈ। ਪੰਜਾਬ ਵਿੱਚ ਜਿੰਨੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀ, ਕਾਂਗਰਸ ਪਾਰਟੀ ਨੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਹੈਗਾ। ਔਰ ਵੱਡੀ ਗੱਲ ਇਹ ਆ ਕਿ ਜਿਹੜਾ ਮਾਫੀਆ ਰਾਜ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਟਾਰਟ ਕੀਤਾ ਸੀਗਾ, ਬਾਦਲ ਪਰਿਵਾਰ ਨੇ ਸਟਾਰਟ ਕੀਤਾ ਸੀਗਾ, ਉਹ ਸਾਰਾ ਮਾਫੀਆ ਉਸੇ ਤਰ੍ਹਾਂ 'ਚ ਪੰਜਾਬ ਚੱਲ ਰਿਹਾ, ਚਾਹੇ ਉਹ ਟਰਾਂਸਪੋਰਟ ਦਾ ਮਾਫੀਆ ਹੈਗਾ, ਚਾਹੇ ਉਹ ਸ਼ਰਾਬ ਦਾ ਮਾਫੀਆ ਹੈਗਾ, ਚਾਹੇ ਉਹ ਰੇਤ ਦਾ ਮਾਫੀਆ ਹੈਗਾ, ਸਾਰੇ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਹੇ ਨੇਗੇ। ਸੋ ਆਮ ਆਦਮੀ ਪਾਰਟੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰੂਗੀ, ਔਰ ਲਾਮਬੰਦ ਕਰਕੇ 2022 ਦੇ ਵਿੱਚ ਸਰਕਾਰ ਬਣਾਵਾਂਗੇ। ਸਰ, ਗੱਲ ਕੀਤੀ ਜਾਵੇ 2017 ਦੀ, ਤਾਂ ਲੋਕਾਂ ਦਾ ਮੰਨਣਾ ਹੈ ਵੀ ਉਸ ਟਾਈਮ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇੱਕ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਉਹ ਸਾਹਮਣੇ ਨਹੀਂ ਲਿਆ ਪਾਈ, ਜਿਸ ਕਰਕੇ ਨੁਕਸਾਨ ਹੋਇਆ, ਕੀ ਤੁਹਾਨੂੰ ਲੱਗਦਾ ਇੱਦਾਂ ਦਾ? ਦੇਖੋ, 2017 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਨੇ। ਪਹਿਲੀ ਵਾਰ ਤੁਸੀਂ ਇਤਿਹਾਸ ਚੱਕ ਲਓ ਪੰਜਾਬ ਦਾ, ਜਿੰਨੀਆਂ ਵੀ ਪਾਰਟੀਆਂ ਪੰਜਾਬ 'ਚ ਬਣੀਆਂ ਕਿਸੇ ਵੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਮਾਨਤਾ ਨਹੀਂ ਦਿੱਤੀ ਹੈਗੀ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਔਰ ਦੂਜਾ ਸਥਾਨ ਪੰਜਾਬ ਵਿਧਾਨ ਸਭਾ 'ਚ ਪ੍ਰਾਪਤ ਕੀਤਾ, 20 MLA ਆਮ ਆਦਮੀ ਪਾਰਟੀ ਜਿੱਤ ਕੇ ਵਿਧਾਨ ਸਭਾ 'ਚ ਆਏ। ਆਮ ਆਦਮੀ ਪਾਰਟੀ ਜਦੋਂ 2022 ਦੇ ਵਿੱਚ ਦੂਜੀ ਵਾਰ ਇਲੈਕਸ਼ਨ ਲੜੂਗੀ, ਬੜੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਲੜਾਂਗੇ ਔਰ ਬਿਲਕੁਲ ਜਿਹੜਾ ਹੈਗਾ ਸਰਕਾਰ ਬਣਾਵਾਂਗੇ। ਇਸ ਵਾਰ ਆਮ ਆਦਮੀ ਪਾਰਟੀ ਜਿਹੜਾ ਮੁੱਖ ਮੰਤਰੀ ਚਿਹਰਾ ਲੈ ਕੇ ਵੀ ਮੈਦਾਨ 'ਚ ਉਤਰੂਗੀ। ਸਰ, ਥੋੜ੍ਹੇ ਦਿਨ ਪਹਿਲਾਂ ਹੁਣ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਆਏ ਹੋ, ਉੱਥੇ ਮੀਟਿੰਗ ਹੁੰਦੀ ਹੈ ਕੇਜਰੀਵਾਲ ਸਾਹਿਬ ਨਾਲ, ਉਹਦੇ ਬਾਰੇ ਕੀ ਕਹਿਣਾ? ਦੇਖੋ, ਸਾਡੀ ਜਨਰਲ ਮੀਟਿੰਗ ਸੀ, ਹਰੇਕ ਮਹੀਨੇ 2 ਮਹੀਨਿਆਂ ਬਾਅਦ ਸਾਡੀ ਨੈਸ਼ਨਲ ਲੀਡਰਸ਼ਿਪ ਜਿਹੜੀ ਆ ਉਹ ਸਾਡੇ ਨਾਲ ਗੁਫ਼ਤਗੂ ਕਰਦੀ ਰਹਿੰਦੀ ਆ, ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਾਂ ਕਿ ਮਿਲਦੇ ਰਹਿੰਦੇ ਹਾਂ ਕਿ ਉਸ ਮਤਲਬ ਜਨਰਲ ਮੀਟਿੰਗ ਸੀਗੀ, ਉਹਦੇ ਵਿੱਚ ਜਿਹੜੇ ਆਹ ਮੁੱਦੇ ਨਹੀਂ ਵਿਚਾਰੇ ਗਏ, ਹੋਰ ਪੰਜਾਬ ਦੇ ਹਜ਼ਾਰਾਂ ਹੀ ਮੁੱਦੇ ਜਿਨ੍ਹਾਂ ਨਾਲ ਵੱਖ ਵੱਖ ਟੋਪਿਕ 'ਤੇ ਗੱਲਬਾਤ ਹੋਈ ਲੰਬਾ ਸਮਾਂ, ਔਰ ਉਹਨਾਂ ਦੇ ਹੱਲ ਵੀ ਦੇਖੇ ਗਏ, ਔਰ ਕਿਸਾਨੀ ਸੰਘਰਸ਼ ਦੀ ਮੇਨ ਗੱਲ ਹੋਈ ਕਿ ਕਿਸਾਨੀ ਸੰਘਰਸ਼ ਨੂੰ ਬਿਲਕੁਲ ਆਪਾਂ ਨੇ ਨਾਲ ਖੜਨਾ ਗਾ, ਕਿਸਾਨ ਦੇ ਨਾਲ ਡਟ ਕੇ ਖੜਨਾ ਗਾ, ਔਰ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਗਾ, ਇਹ ਜਿਹੜੀਆਂ ਹਦਾਇਤਾਂ ਸੀ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਜਾਰੀ ਕੀਤੀਆਂ। ਸਰ, ਦੇਖਿਆ ਜਾਵੇ ਤਾਂ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਵੀ ਹਰ ਪਾਰਟੀ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕੀਤਾ ਵੀ ਆਟਾ ਸਕੀਮ ਚਲਾਈ, ਉਧਰੋਂ ਕੈਪਟਨ ਸਾਹਿਬ ਨੇ ਕੀਤਾ ਵੀ ਮੈਂ ਨੌਕਰੀਆਂ ਦਊਂਗਾ, ਮੋਬਾਈਲ ਦਊਂਗਾ, ਇਸੇ ਨੂੰ ਲੈ ਕੇ ਤਾਂ ਨਹੀਂ ਕਿਤੇ ਕੇਜਰੀਵਾਲ ਸਾਹਿਬ ਨੇ ਅਨਾਊਂਸ ਕੀਤਾ ਵੀ ਜਿਹੜੀ ਇਹ ਬਿਜਲੀ ਫਰੀ ਦਿੱਤੀ ਜਾਏਗੀ? ਦੇਖੋ, ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਗਾ, ਆਮ ਆਦਮੀ ਪਾਰਟੀ ਕੋਲ ਇੱਕ ਸਕਸੈਸਫੁਲ ਮਾਡਲ ਆ ਅਰਵਿੰਦ ਕੇਜਰੀਵਾਲ ਜੀ ਦਾ। ਉਹਨਾਂ ਨੇ 200 ਯੂਨਿਟ ਦਿੱਲੀ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ, 200 ਯੂਨਿਟ ਫਰੀ ਦਿੱਤੇ, ਲਗਭਗ 74% ਪਾਪੂਲੇਸ਼ਨ ਜਿਹੜੀ ਦਿੱਲੀ ਦੀ ਆ, ਬਹੁਤ ਵੱਡਾ ਹਿੱਸਾ ਹੈਗਾ, ਉਹ ਸਾਰੇ ਘਰਾਂ ਦਾ ਬਿੱਲ ਜਿਹੜਾ 0 ਆਉਂਦਾ ਘਰ ਦਾ ਬਿੱਲ, ਸੋ ਉੱਥੇ ਅਸੀਂ ਲਾਗੂ ਕੀਤਾ ਗਾ, ਚਾਹੇ ਐਜੂਕੇਸ਼ਨ ਦੀ ਗੱਲ ਆ ਉੱਥੇ ਲਾਗੂ ਕੀਤਾ ਗਾ, ਜੇ ਹੈਲਥ ਦੀ ਗੱਲ ਆ ਤਾਂ ਉੱਥੇ ਲਾਗੂ ਕੀਤਾ ਗਾ। ਸੋ ਆਮ ਆਦਮੀ ਪਾਰਟੀ ਦੇ ਜਿੰਨੇ ਵਾਅਦੇ ਦਿੱਲੀ 'ਚ ਕੀਤੇ ਸੀ ਪੂਰੇ ਕੀਤੇ ਨੇ, ਜਿੰਨੇ ਵਾਅਦੇ ਪੰਜਾਬ 'ਚ ਕਰਾਂਗੇ ਉਹ 100% ਅਸੀਂ ਆਮ ਆਦਮੀ ਪਾਰਟੀ ਕਮਿਟ ਕਰਦੇ ਕਿ ਪੂਰੇ ਕਰਾਂਗੇ। ਸਰ, ਹਲੇ ਵੀ ਲੋਕ ਤਾਂ ਦੁਤੀਚੀ ਵਿੱਚ ਨੇ ਵੀ 200 ਯੂਨਿਟ ਹੈ ਜਾਂ 400, ਇਹਦੇ ਬਾਰੇ ਥੋੜ੍ਹਾ ਵੈਰੀਫਿਕੇਸ਼ਨ ਦਿਓਗੇ, ਜਾਂ 300 ਕਿੰਨੀ ਹੈ ਜਿਹੜੀ ਬਿੱਲ ਦੇ ਮਗਰ ਹੋਏਗੀ? ਦੇਖੋ, ਦਿੱਲੀ ਵਿੱਚ 200 ਯੂਨਿਟ ਮਾਫ਼ ਨੇ, ਪੰਜਾਬ ਵਿੱਚ ਅਨਾਊਂਸਮੈਂਟ ਕੀਤੀ ਆ, ਗਰੰਟੀ ਦਿੱਤੀ ਆ ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਕਿ 300 ਯੂਨਿਟ ਹੋਣਗੇ, 300 ਯੂਨਿਟ ਪਰ ਮਹੀਨਾ, ਹਰੇਕ ਪ੍ਰਤੀ ਮਹੀਨਾ, ਹਰੇਕ ਮਹੀਨੇ 300 ਯੂਨਿਟ ਘਰੇਲੂ ਵਰਤੋਂ ਦੇ ਉੱਤੇ ਜਿਹੜੇ ਮੁਫ਼ਤ ਦਿੱਤੇ ਜਾਣਗੇ, ਯਾਨੀ ਕਿ 2 ਮਹੀਨੇ ਦਾ ਸਾਈਕਲ ਆ ਪੰਜਾਬ ਵਿੱਚ ਬਿੱਲ ਦਾ, 600 ਯੂਨਿਟ ਜਿਹੜੇ ਹੈਗੇ ਨੇਗੇ ਉਹ ਮੁਫ਼ਤ ਹੋਣਗੇ। ਸਰ, ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਉਹਨਾਂ ਨੂੰ ਅਨਾਊਂਸ ਕੀਤਾ ਗਿਆ ਵੀ ਜਿਹੜੀ 400 ਯੂਨਿਟ ਹਰ ਜਿਹੜੇ ਖਪਤਕਾਰ ਨੂੰ ਦਿੱਤੀ ਜਾਏਗੀ, ਘਰੇਲੂ ਖਪਤਕਾਰ ਨੂੰ ਦਿੱਤੀ ਜਾਏਗੀ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਅਕਾਲੀ ਦਲ ਆਪਣੀ ਭਰੋਸੇਯੋਗਤਾ ਗਵਾ
ਅੱਜ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕੋਈ ਵੀ ਸੰਸੀਅਰ ਨਹੀਂ ਸਮਝਦਾ। ਸਭ ਨੂੰ ਪਤਾ ਹੈਗਾ ਕਿ ਇੱਥੇ ਕੁਛ ਬੋਲਤਾ, ਉੱਥੇ ਕੁਛ ਬੋਲਤਾ। ਸੋ ਯਕੀਨ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ 'ਤੇ ਪੰਜਾਬ ਦਾ ਕੋਈ ਲੋਕ ਨਹੀਂ ਕਰਦੇ, ਨਾ ਹੀ ਉਹਨਾਂ ਦੀ ਪਾਰਟੀ 'ਤੇ ਕਰਦੇ ਨੇਗੇ। ਸੋ ਜਿੰਨੇ ਮਰਜ਼ੀ ਅਨਾਊਂਸਮੈਂਟ ਕਰ ਲੈਣ, ਉਹਦਾ ਪੰਜਾਬ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਪੈਂਦਾ। ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ 2007 ਤੋਂ ਲੈ ਕੇ 2017 ਤੱਕ ਪੰਜਾਬ ਵਿੱਚ ਕਿਵੇਂ ਪੰਜਾਬ ਦੀ ਤਬਾਹੀ ਮਚਾਈ, ਪੰਜਾਬ ਦੇ ਕੁਦਰਤੀ ਸੋਮੇ ਲੁੱਟੇ, ਰੇਤ ਬਜਰੀ ਮਾਫੀਆ ਚਲਾਇਆ, ਸ਼ਰਾਬ ਮਾਫੀਆ ਚਲਾਇਆ, ਟਰਾਂਸਪੋਰਟ ਦਾ ਮਾਫੀਆ ਚਲਾਇਆ, ਪਤਾ ਨਹੀਂ ਕਿੰਨੇ ਕੁ ਮਾਫੀਏ। ਯਾਨੀ 2007 ਤੋਂ ਲੈ ਕੇ 2017 ਤੱਕ ਜਾਂਦੇ ਜਾਂਦੇ ਇੱਕ ਨਵਾਂ ਸ਼ਬਦ ਜਿਹੜਾ ਸੀਗਾ ਮਾਫੀਆ ਦਾ, ਹਰ ਘਰ ਘਰ ਦੇ ਵਿੱਚ ਪਹੁੰਚ ਗਿਆ। ਹਰ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਸੁਖਬੀਰ ਸਿੰਘ ਬਾਦਲ ਮਾਫੀਏ ਦੇ ਰਾਹੀਂ ਪੰਜਾਬ ਨੂੰ ਲੁੱਟ ਰਿਹਾ। ਸੋ ਜਿੰਨਾ ਕੁਛ ਮਰਜ਼ੀ ਅਨਾਊਂਸਮੈਂਟ ਕਰੀ ਜਾਵੇ, ਉਹਨਾਂ 'ਤੇ ਲੋਕ ਪੰਜਾਬ ਦੇ ਯਕੀਨ ਨਹੀਂ ਕਰਨਗੇ। ਸਰ, ਦੂਜੇ ਪਾਸੇ ਦੇਖਿਆ ਜਾਵੇ ਜਿਹੜੇ ਅਕਾਲੀ ਦਲ ਤੋਂ ਆਉਂਦੇ ਨੇ, ਜਿਵੇਂ ਚੌਧਰੀ ਮਦਨ ਲਾਲ ਬੱਗਾ ਜੀ ਆਏ ਨੇ ਹੁਣ ਲੁਧਿਆਣੇ ਤੋਂ, ਉੱਧਰੋਂ ਹੀ ਆਮ ਆਦਮੀ ਪਾਰਟੀ ਉਹਨਾਂ ਨੂੰ ਇੱਕ ਹਲਕਾ ਇੰਚਾਰਜ ਲਾ ਦਿੰਦੀ ਹੈ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜੇ ਸੁਹਿਰਦ ਦੇ ਵਿਅਕਤੀ ਨੇ, ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੇ ਨੇਕ ਨੇ, ਜਿਨ੍ਹਾਂ ਦਾ ਪਿਛੋਕੜ ਅੱਛਾ ਹੈਗਾ, ਜਿਨ੍ਹਾਂ ਦੇ ਕੋਈ ਕਰਪਸ਼ਨ ਦੇ ਚਾਰਜਸ ਨਹੀਂ, ਆਮ ਆਦਮੀ ਪਾਰਟੀ ਉਹਨਾਂ ਨੂੰ ਬਿਲਕੁਲ ਸ਼ਾਮਿਲ ਕਰ ਰਹੀ ਹੈਗੀ। ਉਹਨਾਂ 'ਚੋਂ ਇਹ ਨਹੀਂ ਕਿ ਸਾਰਿਆਂ ਨੂੰ ਹਲਕਾ ਇੰਚਾਰਜ ਲਾ ਰਹੇ, ਉਹਨਾਂ 'ਚੋਂ ਡਿਜ਼ਰਵ ਕਰਦੇ ਨੇ ਕੋਈ ਹਲਕਾ ਇੰਚਾਰਜ ਲੱਗ ਰਹੇ ਨੇ, ਪਰ ਲੇਕਿਨ ਜ਼ਿਆਦਾਤਰ ਲਗਭਗ 80-90% ਤੋਂ ਉੱਪਰ ਜਿਹੜਾ ਹੈਗਾ ਉਹ ਪਾਰਟੀ ਦੇ ਵਲੰਟੀਅਰ ਹੀ ਹਲਕਾ ਇੰਚਾਰਜ ਲੱਗ ਰਹੇ ਨੇ। ਸਰ, ਕੀ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਨੂੰ ਮੰਨਿਆ ਜਾਵੇ ਵੀ ਟਿਕਟਾਂ ਉਹਨਾਂ ਨੂੰ ਵੀ ਮਿਲੀ ਜਾਣਗੀਆਂ? ਦੇਖੋ, ਹਲਕਾ ਇੰਚਾਰਜ ਜਿਹੜਾ ਲੱਗਣ ਦਾ ਮਤਲਬ ਇਹ ਨਹੀਂ ਕਿ ਟਿਕਟ ਮਿਲ ਗਈ। ਟਿਕਟ ਮਿਲਣ ਵੇਲੇ ਦੁਬਾਰਾ ਅਨੈਲਿਸਿਸ ਹੋਊਗਾ, ਦੁਬਾਰਾ ਵਿਚਾਰ ਵਟਾਂਦਰਾ ਹੋਊਗਾ, ਔਰ ਜਿਹੜੇ ਹੋਰ ਵੀ ਵਿਅਕਤੀ ਉੱਥੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਵੀ ਨਾਂ 'ਤੇ ਵਿਚਾਰਿਆ ਜਾਊਗਾ। ਹਲਕਾ ਇੰਚਾਰਜ ਲੱਗਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਟਿਕਟ ਮਿਲ ਗਈ। ਟਿਕਟ ਜਦੋਂ ਮਿਲੂਗੀ, ਜਦੋਂ ਉਸ ਪਾਰਟੀ ਟਿਕਟ ਅਨਾਊਂਸ ਕਰੂਗੀ, ਆਪਣਾ ਸਿੰਬਲ ਅਨਾਊਂਸ ਕਰੂਗੀ, ਉਹ ਉਸ ਸਮੇਂ ਜਿਹੜਾ ਹੈਗਾ ਬਹੁਤ ਸਾਰੀਆਂ ਗੱਲਾਂ ਹੋਰ ਵਿਚਾਰੀਆਂ ਜਾਣਗੀਆਂ। ਸਰ, ਅੱਜ ਇੱਕ ਆਮ ਆਦਮੀ ਪਾਰਟੀ ਵੱਲੋਂ, ਜਿਵੇਂ ਕਿ ਤੁਸੀਂ ਵੀ ਗਏ, VP ਬਦਨੌਰ ਜਿਹੜੇ ਆਪਣੇ ਰਾਜਪਾਲ ਨੇ, ਉਹਨਾਂ ਨੂੰ ਮਿਲ ਕੇ ਆਏ ਹੋ, ਉਹਨਾਂ ਦੇ ਬਾਰੇ ਕੀ ਕਹਿਣਾ? ਅੱਜ ਅਸੀਂ 5 ਜਿਹੜੇ ਭ੍ਰਿਸ਼ਟ, ਜਿਹੜੇ ਮੋਸਟ ਕਰਪਟ ਜਿਹੜੇ ਆਪਣੇ ਮਿਨਿਸਟਰ ਨੇ ਪੰਜਾਬ ਦੇ, ਜਿਨ੍ਹਾਂ ਵਿੱਚ ਸਰਦਾਰ ਬਲਬੀਰ ਸਿੰਘ ਸਿੱਧੂ ਜੀ, ਸਾਧੂ ਸਿੰਘ ਧਰਮਸੋਤ ਜੀ, ਸੁੰਦਰ ਸ਼ਾਮ ਅਰੋੜਾ ਜੀ, ਭਾਰਤ ਭੂਸ਼ਣ ਆਸ਼ੂ ਜੀ, ਸੋਢੀ ਸਾਹਿਬ, ਰਾਣਾ ਗੁਰਮੀਤ ਸੋਢੀ, ਇਹ ਸਾਰੇ ਉਹ ਵਿਅਕਤੀ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਅੰਤਾਂ ਦਾ ਭ੍ਰਿਸ਼ਟਾਚਾਰ ਫੈਲਾਇਆ ਗਾ। ਕਿਸੇ ਨੇ 10 ਏਕੜ ਬਲੌਂਗੀ 'ਚ ਜ਼ਮੀਨ ਦੱਬ ਲਈ, ਕਿਸੇ ਨੇ ਦਲਿਤ ਬੱਚਿਆਂ ਦਾ ਸਕਾਲਰਸ਼ਿਪ ਖਾ ਲਿਆ, ਕਿਸੇ ਨੇ 2 ਵਾਰ ਜ਼ਮੀਨ ਦਾ ਮੁਆਵਜ਼ਾ ਲੈ ਲਿਆ, ਕਿਸੇ ਨੇ 8 ਗਡਾਉਣ ਹੀ ਖਾ ਗਿਆ ਕਣਕ ਦੇ ਭਰੇ ਭਰਾਏ, 20 ਕਰੋੜ ਦਾ ਕਰ ਲਿਆ। ਸੋ ਇਹ ਸਾਰੇ ਦੇ ਖਿਲਾਫ਼, ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰ ਲਈਏ, ਜਿਹੜੀ ਪ੍ਰੋਪਰਟੀ 400 ਕਰੋੜ ਦੀ ਵਿਕਣੀ ਸੀਗੀ ਉਹ 95 ਕਰੋੜ ਦੀ ਵੇਚਤੀ, ਪੰਜਾਬ ਨੂੰ ਖਜ਼ਾਨਾ, ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਤਾ। ਸੋ ਉਹਨਾਂ ਸਾਰਿਆਂ ਦੇ ਖਿਲਾਫ਼ ਆਮ ਆਦਮੀ ਪਾਰਟੀ ਅੱਜ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਏ ਕਿ ਮੰਗ ਕੀਤੀ ਕਿ ਤੁਰੰਤ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ। ਸਰ, ਤੁਸੀਂ ਪਿੱਛੇ ਜੇ ਇੱਕ ਪ੍ਰੋਟੈਸਟ ਕੀਤਾ ਬਿਜਲੀ ਨੂੰ ਲੈ ਕੇ ਵੀ, ਕੀਤੇ ਹੋਰ ਮਸਿਆਂ ਨੂੰ ਵੀ, ਕੀਤੇ ਬਲਬੀਰ ਸਿੰਘ ਸਿੱਧੂ ਦੀ ਜਿਹੜੀ ਕੋਠੀ ਦਾ ਘਿਰਾਓ ਵੀ ਕੀਤਾ, ਕੀ ਤੁਹਾਨੂੰ ਲੱਗਿਆ ਵੀ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਇੱਦਾਂ ਦੀ? ਦੇਖੋ, ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰੀਆਂ ਦਾ ਬੋਲਬਾਲਾ ਗਾ, ਅੱਜ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸਿਖਰਾਂ ਦਾ ਭ੍ਰਿਸ਼ਟਾਚਾਰ ਆ, ਸਰਕਾਰ ਬਿਲਕੁਲ ਭ੍ਰਿਸ਼ਟ ਹੋ ਚੁੱਕੀ ਆ। ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਪ੍ਰਧਾਨ ਨਹੀਂ ਬਣੇ ਸੀ, ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ, ਅੱਜ ਉਹ ਸਾਰੇ ਭ੍ਰਿਸ਼ਟਾਚਾਰ ਦੇ ਟੋਲੇ ਦਾ ਜਾਰੀ ਪਾਰ ਕੀ ਉਹਨਾਂ ਨੇ ਪਾ ਲਈ ਉੱਥੇ ਫਿਰਦਾ ਗਾ। ਤੋ ਇਸੇ ਤਰ੍ਹਾਂ ਕੈਪਟਨ ਸਾਹਿਬ ਨੇ ਅੱਜ ਕਾਂਗਰਸ ਪਾਰਟੀ ਦੇ ਵਿੱਚ, ਮੈਂ ਸਮਝਦਾ ਆਪਣੀ ਕੁਰਸੀ ਬਚਾਓ ਜਿਹੜੀ ਮੁਹਿੰਮ ਆ ਉਹ ਪੰਜਾਬ ਚੱਲ ਰਹੀ ਆ, ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈਗਾ, ਨਾ ਪੰਜਾਬ ਵਿੱਚ ਕੋਈ ਮਾਫੀਆ ਖਤਮ ਹੋ ਰਿਹਾ, ਪੰਜਾਬ ਦੀ ਲੁੱਟ ਉਸੇ ਤਰ੍ਹਾਂ ਜਾਰੀ ਆ। ਸੋ ਅੱਜ ਪੰਜਾਬ ਵਿੱਚ ਕਾਂਗਰਸ ਪਾਰਟੀ ਵੀ ਜਿਹੜੀ ਆ ਭ੍ਰਿਸ਼ਟ ਆਪਣੀ ਕੁਰਸੀ ਬਚਾਓ ਮੁਹਿੰਮ ਜਿਹੜੀ ਆ ਉਹ ਸਿਖਰਾਂ 'ਤੇ ਪਹੁੰਚੀ ਹੋਈ ਆ, ਪੰਜਾਬ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ। ਸੋ ਮੇਰਾ ਇੱਕ ਆਖਰੀ ਸਵਾਲ ਹੈ ਸਰ, ਵੀ 2022 ਦੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਕੀ ਜਿਹੜੇ ਅਪੀਲ ਕੀਤੀ ਜਾਂਦੀ ਹੈ? ਦੇਖੋ, 2022 ਦੀ ਇਲੈਕਸ਼ਨ ਦੇ ਵਿੱਚ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਿਹੜੀਆਂ ਭ੍ਰਿਸ਼ਟਾਚਾਰ 'ਚ ਲਿਪੀਆਂ ਪਾਰਟੀਆਂ ਨੇਗੀਆਂ, ਚਾਹੇ ਉਹ ਕਾਂਗਰਸ ਆ, ਚਾਹੇ ਉਹ BJP ਆ, ਚਾਹੇ ਅਕਾਲੀ ਦਲ ਆ, ਜਿਨ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜਾ ਕੀਤਾ ਗਾ, ਇਸ ਵਾਰ ਉਹਨਾਂ ਦਾ ਖਾਤਮਾ ਕਰੋ। ਇਸ ਵਾਰ ਜਿਹੜੀ ਆ ਆਮ ਆਦਮੀ ਪਾਰਟੀ ਆਮ ਲੋਕਾਂ 'ਚ ਉੱਭਰੀ ਹੋਈ ਪਾਰਟੀ ਨੂੰ ਮੌਕਾ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਲੋਕਾਂ ਦੇ ਦੁੱਖਾਂ ਦਰਦਾਂ ਦਾ ਹੱਲ ਕਰ ਸਕੀਏ ਔਰ ਪੰਜਾਬ ਨੂੰ ਇੱਕ ਵਾਰ ਫਿਰ ਨੰਬਰ ਦਾ ਬੰਦ ਦਾ ਸੂਬਾ ਬਣਾ ਸਕੀਏ। ਸੋ ਇਹ ਸਨ LOP ਨੇਤਾ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੇ ਦੱਸਿਆ ਵੀ 2022 ਦੀ ਚੋਣਾਂ ਦੇ ਵਿੱਚ ਤੁਸੀਂ ਜੋ ਹੈ ਇੱਕ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਜ਼ਰੂਰ ਮੌਕਾ ਦਿਓ ਤਾਂ ਜੋ ਲੋਕਾਂ ਦੇ ਦੁੱਖ ਦਰਦ ਸੁਣੇ ਜਾ ਸਕਣ ਅਤੇ ਇੱਕ ਵਾਰ ਫਿਰ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾਇਆ ਜਾ ਸਕੇ। ਕੈਮਰਾਮੈਨ ਦਲਜੀਤ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ, LF ਨਿਊਜ਼, ਚੰਡੀਗੜ੍ਹ।